वाहेगुरु जी का खालसा, वाहेगुरु जी की फतेह। वेलकम बैक टू यूर ऑन यूट्यूब चैनल कमीर अकैडमी। माय नेम इज सिमरनजोत सिंह एंड आई एम टीचिंग यू मैथ्स। ते जिवें तुसीं जाणदे हो, असीं कर रहे हां 8th क्लास दी गीता वीआर दी बुक सॉल्व कर रहे हां मैथ्स दी। ते इस तों पहलां आपां दो चैप्टर कर चुके हां, चैप्टर 1 एंड चैप्टर 3। ठीक है, चैप्टर 3 दी लास्ट वीडियो इस तों पहलां मैं पाई सी, हुण आपां करन जा रहे हां चैप्टर 4। चैप्टर 3 विच आपां की कीता सी, स्क्वेयर्स एंड स्क्वेयर रूट्स, स्क्वेयर फाइंड आउट करने डिफरेंट मैथड, स्क्वेयर रूट फाइंड आउट करदे डिफरेंट मैथड। ਅਤੇ ਜਿਹੜੇ ਬੱਚੇ ਨੇ ਉਹ ਮੈਥਡਸ ਅਤੇ ਉਹ ਚੈਪਟਰ ਨੂੰ ਅੱਛੇ ਤਰੀਕੇ ਨਾਲ ਦੇਖਿਆ ਅਤੇ ਸਮਝ ਲਿਆ, ਉਹਨਾਂ ਵਾਸਤੇ ਇੱਕ ਯੂਜ਼ ਵਾਲਾ ਹੈ ਅੱਜ ਦਾ ਚੈਪਟਰ, ਬਹੁਤ ਹੀ ਸੌਖਾ ਰਹੇਗਾ। ਦੈਟ ਇਜ਼ ਦਾ 4th ਚੈਪਟਰ। ਠੀਕ ਹੈ, ਮੈਂ ਲਿਖ ਦਿੰਦਾ ਚੈਪਟਰ 4, ਕਿਊਬਸ ਐਂਡ ਕਿਊਬ ਰੂਟਸ। ਸੋ ਇਹ ਚੈਪਟਰ ਬਹੁਤ ਛੋਟਾ ਜਿਹਾ, ਸੋ ਵੀਡੀਓ ਥੋੜ੍ਹੀ ਜਿਹੀ ਵੱਡੀ ਬਣ ਜਾਏਗੀ, ਬਟ ਮੈਂ ਕੋਸ਼ਿਸ਼ ਕਰਾਂਗਾ ਕਿ ਚੈਪਟਰ ਜਿਹੜਾ ਤੁਹਾਡਾ ਇੱਕੋ ਵੀਡੀਓ ਦੇ ਵਿੱਚ ਕਵਰ ਅਪ ਹੋ ਜਾਏ। ਓਨਲੀ 2 ਐਕਸਰਸਾਈਜ਼ ਆਰ ਦੇਅਰ, ਇੱਕ ਕਿਊਬਸ ਵਾਸਤੇ ਹੈ, ਇੱਕ ਕਿਊਬ ਰੂਟ ਵਾਸਤੇ ਹੈ ਬੇਸਿਕਲੀ। ਠੀਕ ਹੈ, ਅਤੇ ਲੈਟਸ ਸਟਾਰਟ ਵਿਦ ਆਰ ਟੂਡੇਜ਼ ਵੀਡੀਓ। ਸੋ ਅੱਜ ਦੇ ਟੌਪਿਕ ਦੇ ਵਿੱਚ ਕੀ ਹੈ, ਆਪਾਂ ਕਿਊਬਸ ਫਾਈਂਡ ਆਊਟ ਕਰਨੇ ਸਿੱਖਣੇ ਹੈ। ਪਹਿਲਾਂ ਆਪਾਂ ਸਕੁਐਰਸ ਕਰਦੇ ਹੁੰਦੇ ਸੀਗੇ, ਹੈ ਨਾ, ਜਿਵੇਂ ਆਪਾਂ 2 ਦਾ ਸਕੇਅਰ ਕਰਦੇ ਹੁੰਦੇ ਸੀ ਤਾਂ 4 ਆਉਂਦਾ ਸੀ, 2 × 2 ਕਰਦੇ ਸੀ ਨਾ। ਤਾਂ ਆਪਾਂ ਬੋਲਣ ਸੀ ਕਿਵੇਂ ਬੋਲਦੇ ਹੁੰਦੇ ਸੀ, ਸਕੁਐਰ ਆਫ 2 ਲਿਖ ਸਕਦੇ ਹਾਂ, ਜਾਂ ਮਤਲਬ ਕਿ ਆਹ ਜਿਹੜੀ ਸਟੇਟਮੈਂਟ ਹੈ ਸਕੁਐਰ ਆਫ 2, ਮਤਲਬ ਕਿ ਆਪਾਂ 2 ਦਾ ਸਕੁਐਰ ਕੀਤਾ, ਜਾਂ ਆਪਾਂ ਲਿਖਦੇ ਹਾਂ 2 ਸਕੁਐਰ, ਮਤਲਬ ਕਿ ਬੋਲਣ 'ਚ ਕਿਵੇਂ ਬੋਲਦੇ ਹਾਂ 2 ਸਕੁਐਰ, ਇਹਦਾ ਸੇਮ ਮੀਨਿੰਗ ਹੈ ਦੋਨੋਂ ਕੇਸਿਸ ਦੇ ਵਿੱਚ, ਸਕੁਐਰ ਆਫ 2 ਜਾਂ 2 ਸਕੁਐਰ ਇੱਕੋ ਹੀ ਗੱਲ ਹੈ। ਇਸੇ ਤਰੀਕੇ ਨਾਲ ਹੁਣ ਕਿਊਬ ਕਿੱਦਾਂ ਕਰੀਦਾ, ਜਿਵੇਂ 1 ਦੀ ਪਾਵਰ 3 ਤਾਂ 1 × 1 × 1, ਜਿਵੇਂ ਸਕੁਐਰ ਦੇ ਵਿੱਚ ਆਪਾਂ 2 × 2 ਕੀਤਾ, ਜਿਹੜਾ ਸਕੁਐਰ ਕਰਦੇ ਹਾਂ ਮਤਲਬ ਉਸ ਨੰਬਰ ਨੂੰ ਆਪਾਂ 2 ਵਾਰੀ ਮਲਟੀਪਲਾਈ ਕਰਕੇ ਅਤੇ ਲਿਖ ਦਿੰਦੇ ਹਾਂ 2 ਦਾ ਸਕੇਅਰ ਹੋ ਗਿਆ 4, ਇਹਦੇ 1 ਦਾ ਕਿਊਬ। ਕਿਊਬ ਕੀ ਹੈ, ਦਿਸ ਮੀਨ ਜਿਹੜਾ ਇਹਦਾ ਆਪਾਂ ਪਾਵਰ 3 ਪਾਈ ਨਾ, ਇਹਨੂੰ ਕਹਿੰਦੇ ਨੇ ਕਿਊਬ। ਜਿਵੇਂ ਇਹਦੀ ਪਾਵਰ ਜਿਹੜੀ ਇੱਥੇ ਹੈ ਇਹਨੂੰ ਸਕੁਐਰ ਬੋਲਦੇ ਨੇ, ਜੇ ਕਿਸੇ ਵੀ ਨੰਬਰ ਦੀ ਪਾਵਰ ਜੇ 3 ਹੋਵੇ ਤਾਂ ਉਹਨੂੰ ਕਿਊਬ ਬੋਲਦੇ ਨੇ, 2³ 8, ਠੀਕ ਹੈ, 1 1 1 1 ਹੁੰਦਾ। ਇਸੇ ਤਰੀਕੇ ਨਾਲ 3 ਦਾ ਕਿਊਬ 3 × 9 = 27। ਸੋ ਇੱਦਾਂ ਹੀ ਤੁਸੀਂ ਕਿਊਬਸ ਕਰਨੇ ਆ, ਜਿਵੇਂ ਆਪਾਂ ਸਕੁਐਰ ਕਰਦੇ ਸੀ 2 ਨੰਬਰ 2, ਮਤਲਬ ਕਿ 2 ਵਾਰੀ ਮਲਟੀਪਲਾਈ ਕਰਦੇ ਇੱਕ ਨੰਬਰ ਨੂੰ, ਹੁਣ 3 ਵਾਰੀ ਕਰਾਂਗੇ, ਉਹ ਕਿਊਬ ਹੁੰਦਾ। ਠੀਕ ਹੈ, ਅਤੇ ਪਰ ਜਿਵੇਂ ਆਪਾਂ 2 ਦਾ ਸਕੇਅਰ ਕੀਤਾ ਅਤੇ 4 ਆਇਆ, 3 ਦਾ ਸਕੇਅਰ ਕੀਤਾ ਅਤੇ 9 ਆਇਆ, 4 ਦਾ ਸਕੇਅਰ ਕੀਤਾ ਅਤੇ 16 ਆਇਆ, ਇਹਨਾਂ ਸਾਰਿਆਂ ਨੂੰ ਆਪਾਂ ਪਰਫੈਕਟ ਸਕੇਅਰ ਕਹਿੰਦੇ ਸੀ, ਕਿਉਂਕਿ ਇੱਕ ਕਿਸੇ ਪਰਟੀਕੁਲਰ ਨੰਬਰ ਦੇ ਸਕੁਐਰ ਹੁੰਦੇ ਸੀ। ਇਸੇ ਤਰੀਕੇ ਨਾਲ 1 8 27, ਇਹ ਸਾਰੇ ਕੀ ਨੇ, ਪਰਫੈਕਟ ਕਿਊਬ। ਇਹ ਸਾਰਿਆਂ ਨੂੰ ਆਪਾਂ ਮਤਲਬ ਕਿ ਜਿਹੜੇ ਨੰਬਰ ਕਿਸੇ ਇੱਕ ਨੰਬਰ ਦੇ ਪ੍ਰੋਪਰ 3 ਵਾਰੀ ਮਲਟੀਪਲਾਈ ਕਰਨ 'ਤੇ ਜੋ ਆਂਸਰ ਆਉਂਦਾ ਹੈ ਉਹਨੂੰ ਆਪਾਂ ਪਰਫੈਕਟ ਕਿਊਬ ਕਵਾਂਗੇ। ਜਿਵੇਂ ਇਹਦੇ ਵਿੱਚ 4 ਦਾ ਸਕੇਅਰ ਕਰਦੇ 16 ਪ੍ਰੋਪਰ ਇੱਕ ਆਂਸਰ ਆਇਆ, ਉਹ 16 ਨੂੰ ਆਪਾਂ ਇੱਕ ਪਰਫੈਕਟ ਸਕੁਐਅਰ ਕਹਿੰਦੇ ਸੀ, ਇਹਦੇ ਵਿੱਚ ਪਰਫੈਕਟ ਕਿਊਬ ਕਹਿੰਦੇ ਨੇ। ਠੀਕ ਹੈ, ਸੋ ਇਹਦੇ ਰਿਲੇਟਡ ਥੋੜ੍ਹੀਆਂ ਜਿਹੀਆਂ ਐਗਜ਼ਾਮਪਲਸ ਆਪਾਂ ਕਰਾਂਗੇ, ਪਰ ਇਹਦੇ ਅੱਗੇ ਆਪਾਂ ਫਿਰ ਕਿਊਬ ਰੂਟ ਕਿਵੇਂ ਕੱਢੀਦਾ ਉਹ ਵੀ ਤੁਹਾਨੂੰ ਦੱਸਾਂਗੇ। ਇੱਕੋ ਹੀ ਮੈਥਡ ਕਰਨਾ ਬਸ, ਇਹਦੇ 'ਚ ਕੋਈ ਜ਼ਿਆਦਾ ਪਿਛਲੇ ਚੈਪਟਰ ਵਾਂਗੂ ਬਹੁਤ ਸਾਰੇ ਮੈਥਡਸ ਨਹੀਂ ਹੈ, ਸੋ ਵੀ ਵਿਲ ਡੂ ਦਾ 1 ਮੈਥਡ। ਜੇ ਕੋਈ ਹੋਰ ਮੈਥਡ ਹੋਏਗਾ ਵੀ ਜਸਟ ਐਕਸਪਲੇਨ ਕਰ ਦੂੰਗਾ, ਤੁਹਾਨੂੰ ਜਿਹੜਾ ਮੈਥਡ ਈਜ਼ੀ ਲੱਗੇਗਾ ਤੁਸੀਂ ਉਹ ਜਿਹੜੇ ਹੈ ਅਪਲਾਈ ਕਰ ਸਕਦੇ ਹੋ। ਠੀਕ ਹੈ, ਇਹਨੂੰ ਇੰਨਾ ਕੁ ਬਸ ਸਿੰਪਲ ਜੀ ਬੇਸਿਕ ਜੀ ਇੰਟਰੋਡਕਸ਼ਨ ਹੋ ਗਈ, ਇਹਨੂੰ ਨੋਟ ਕਰ ਲਓ। ਵੀ ਵਿਲ ਡੂ ਸਮ ਐਗਜ਼ਾਮਪਲਸ ਐਂਡ ਆਈ ਵਿਲ ਸ਼ੇਅਰ ਦ ਸਕਰੀਨ ਸ਼ੋਟਸ ਵਿਦ ਯੂ, ਇਹ ਸਕਰੀਨ ਸ਼ੋਟ ਦੇਖ ਲਓ ਐਗਜ਼ਾਮ ਜਸਟ ਐਕਸਰਸਾਈਜ਼ ਤੋਂ ਪਹਿਲਾਂ ਹੋਣੀ। ਪੂਰੀ ਸਕਰੀਨਸ਼ਾਟ ਵੀ ਦੇਖ ਰਹੇ ਹੋਣਗੇ। ਲੈਟਸ ਸਟਾਰਟ ਵਿਦ ਆਰ ਟੂਡੇਜ਼ ਐਗਜ਼ਾਮਪਲ ਨਾਉ। ਇਹ ਕਿਊਬਸ ਦੇ ਵਿੱਚ ਸੱਚ ਇੱਕ ਚੀਜ਼ ਰਹਿ ਗਈ ਐਗਜ਼ਾਮਪਲ ਤੋਂ ਪਹਿਲਾਂ, ਤੁਸੀਂ ਕੀ ਕਰਨਾ ਹੈ ਇੰਟਰੋਡਕਸ਼ਨ ਦੇ ਵਿੱਚ ਪਹਿਲੇ 1 ਤੋਂ ਲੈ ਕੇ 20 ਤੱਕ ਸਾਰੇ ਨੰਬਰਸ ਦੇ ਕਿਊਬਸ ਲਿਖਣੇ ਅਤੇ ਯਾਦ ਕਰਨੇ ਆ, ਤੁਹਾਨੂੰ ਬੈਨੀਫਿਸ਼ੀਅਲ ਹੋਣਗੇ। ਮਤਲਬ ਕਿ 1 ਦਾ ਕਿਊਬ 1 2 ਦਾ ਕਿਊਬ 8 3 ਦਾ ਕਿਊਬ 27 ਐਂਡ ਸੋ ਔਨ, 20 ਤੱਕ ਦੇ ਕਿਊਬਸ ਤੁਸੀਂ ਕਰਨੇ ਆ ਅਤੇ ਯਾਦ ਵੀ ਕਰਨੇ, ਇਹਦੇ ਨਾਲ ਤੁਹਾਨੂੰ ਬਹੁਤ ਬੈਨੀਫਿਸ਼ੀਅਲ ਹੋਣਗੇ, ਯਾਦ ਕਰ ਲਓਗੇ। ਜੇਕਰ ਅੱਗੇ ਆ ਜਾਂਦੀ ਐਗਜ਼ਾਮਪਲ 1, ਐਗਜ਼ਾਮਪਲ 1 ਕੀ ਕਹਿੰਦੀ ਹੈ,
check whether the following numbers are perfect cubes or not. ਸਾਨੂੰ ਤਿੰਨ ਦਿੱਤੇ ਗਏ ਨੇ, ਮੈਂ ਤੁਹਾਨੂੰ ਇੱਕ ਪਾਰਟ ਕਰਾ ਦਿੰਦਾ ਵਾਂ ਤੇ ਤੁਸੀਂ ਬਾਕੀ ਦੇ ਦੋ ਪਾਰਟਸ ਆਪਣੇ ਆਪ ਕਰਨੇ ਆ। ਮੈਂ ਫਸਟ ਪਾਰਟ ਜਿਹੜਾ ਸਭ ਤੋਂ ਵੱਡਾ ਉਹੀ ਹੈ 9261 ਇਹ ਕਰਵਾ ਦੇਣਾ, ਬਾਕੀ ਦੇ ਦੋ ਪਾਰਟਸ ਆ ਜਿਹੜੇ ਉਹ ਮੈਂ ਆਲਰੇਡੀ ਸਕਰੀਨਸ਼ਾਟ ਸ਼ੇਅਰ ਕੀਤਾ ਤੁਹਾਡੇ ਨਾਲ। 192 ਐਂਡ ਸੀ ਹੈ ਤੁਹਾਡਾ 729। ਜੇ ਤੁਸੀਂ 1 to 20 ਤੱਕ ਦੇ ਸਕੇਅਰ ਯਾਦ ਕਰੋਗੇ ਨਾ ਤੁਹਾਨੂੰ ਅੱਧਿਆਂ ਕਿਤੇ ਆਪੇ ਪਤਾ ਲੱਗ ਜਾਣਾ ਕਿ ਕਿਹੜਾ ਪਰਫੈਕਟ ਕਿਊਬ ਹੋ ਸਕਦਾ ਤੇ ਕਿਹੜਾ ਨਹੀਂ ਹੋ ਸਕਦਾ। ਓਕੇ, ਹੁਣ ਆਹ ਦੇਖੋ 9261 ਇੱਕ ਨੰਬਰ ਹੈ। ਜਦੋਂ ਆਪਾਂ ਪਰਫੈਕਟ ਸਕੇਅਰ ਇਹਨੂੰ ਪਰਫੈਕਟ ਕਿਊਬ ਚੈੱਕ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ, ਜਿਵੇਂ ਪਰਫੈਕਟ ਸਕੇਅਰ ਚੈੱਕ ਕਰਨ ਲਈ ਵੀ ਆਪਾਂ ਕੀ ਕਰਦੇ ਹੁੰਦੇ ਸੀ ਪ੍ਰਾਈਮ ਫੈਕਟਰਾਈਜੇਸ਼ਨ, ਇਹਦੇ 'ਚ ਵੀ ਉਹੀ ਚੀਜ਼ ਕਰਾਂਗੇ। ਵੀ ਵਿਲ ਡੂ ਦਾ ਪ੍ਰਾਈਮ ਫੈਕਟਰਾਈਜੇਸ਼ਨ ਆਫ 9261 ਇਹਦੇ ਸਾਈਡ 'ਤੇ ਆਪਾਂ ਕਰਦੇ ਹਾਂ। ਜੇ ਤੁਸੀਂ ਕਿਊਬਸ ਯਾਦ ਕੀਤੇ ਹੋਣਗੇ ਤੁਹਾਨੂੰ ਆਪਣੇ ਪਤਾ ਲੱਗ ਜਾਏਗਾ 343 ਕਿਹੜਾ ਕਿਊਬ ਹੈ 7 ਦਾ। ਸੋ ਇਸੇ ਕਰਕੇ ਮੈਂ ਕਹਿੰਦਾ ਯਾਦ ਕਰਨੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤੁਸੀਂ ਲੱਭਦੇ ਰਹੋਗੇ ਫੈਕਟਰਸ, ਹੈ ਨਾ। ਹੁਣ ਦੇਖੋ ਇਹਦਾ ਸੌਖਾ ਹੋ ਜਾਂਦਾ ਹੁੰਦਾ ਥੋੜ੍ਹਾ ਜਿਹਾ, ਜੇ ਆਪਾਂ ਕਿਊਬ ਯਾਦ ਕੀਤੇ ਹੁੰਦੇ ਫਿਰ ਆਪਾਂ ਇੱਥੇ ਲਿਖਾਂਗੇ ਪ੍ਰਾਈਮ ਫੈਕਟਰਸ ਆਫ ਨਾਈਨ ਟੂ ਸਿਕਸ ਵਨ। ਇਹਦੇ ਪ੍ਰਾਈਮ ਫੈਕਟਰ ਕੀ ਬਣੇ? ਜਦੋਂ ਆਪਾਂ ਪਰਫੈਕਟ ਸਕੇਅਰ ਚੈੱਕ ਕਰਨਾ ਹੁੰਦਾ ਸੀ ਪ੍ਰਾਈਮ ਫੈਕਟਰਸ ਦੇ ਵਿੱਚ, ਆਪਾਂ ਪੇਅਰਿੰਗ ਕਰਦੇ ਸੀ ਦੋ ਦੋ ਨੰਬਰਾਂ ਦੀ, ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਵੀ ਆਰ ਡੂਇੰਗ ਦਾ ਡਬਲੈਟਸ। ਜਦੋਂ ਆਪਾਂ ਦੋ ਨੰਬਰਾਂ ਦੀ ਪੇਅਰਿੰਗ ਕਰਦੇ ਹਾਂ ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ, ਡਬਲੈਟਸ, ਠੀਕ ਹੈ। ਬਟ ਕਿਊਬ ਰੂਟ ਦੇ ਜਦੋਂ ਆਪਾਂ ਇਹ ਚੈੱਕ ਕਰਨਾ ਕਿ ਪਰਫੈਕਟ ਕਿਊਬ ਹੈ ਕਿ ਨਹੀਂ ਹੈ, ਆਪਾਂ ਡਬਲੈਟਸ ਨਹੀਂ ਕਰਨੇ, ਆਪਾਂ ਇਹ ਮੈਂ ਜਦ ਸਮਝਾਉਣਾ ਸੀ ਲਿਖਿਆ, ਆਪਾਂ ਡਬਲੈਟਸ ਨਹੀਂ ਕਰਨੇ, ਆਪਾਂ ਟ੍ਰਿਪਲੈਟਸ ਬਣਾਉਣੇ ਨੇ। ਦੀਜ਼ ਆਰ ਕਾਲਡ ਟ੍ਰਿਪਲੈਟਸ, ਠੀਕ ਹੈ, ਇਹਨਾਂ ਨੂੰ ਟ੍ਰਿਪਲੈਟਸ ਕਹਿੰਦੇ ਨੇ। ਵੈਨ ਦਾ ਕੰਪਲੀਟ ਟ੍ਰਿਪਲੈਟਸ ਆਰ ਫੋਰਮਡ, ਜਦੋਂ ਕੰਪਲੀਟ ਟ੍ਰਿਪਲੈਟਸ ਬਣ ਜਾਂਦੇ ਆ, ਕੋਈ ਵੀ ਨੰਬਰ ਜਿਹੜਾ ਆ ਬਚਿਆ ਨਹੀਂ ਜਾਂ ਫਾਲਤੂ ਨਹੀਂ ਹੈ, ਦੈਨ ਇਟ ਇਜ਼ ਅ ਪਰਫੈਕਟ ਸਕੁਅਰ। ਸੋ ਆਪਾਂ ਲਾਈਨ ਕਿੱਦਾਂ ਲਿਖਣੀ ਹੈ, ਸਿੰਸ 9261 ਹੈਜ਼ ਕੰਪਲੀਟ ਟ੍ਰਿਪਲੈਟਸ ਜਾਂ ਹੈਜ਼ ਕੰਪਲੀਟ ਟ੍ਰਿਪਲੈਟਸ, ਵਹੀ ਦੇਖਣਾ, ਸਿੰਸ ਥ੍ਰੀ ਐਂਡ 7 ਆਰ ਟ੍ਰਿਪਲੈਟਸ ਐਂਡ ਨੋ ਅਦਰ ਨੰਬਰ ਇਜ ਲੈਫਟ, ਦੇਅਰਫੋਰ 9261 ਇਜ਼ ਅ ਪਰਫੈਕਟ ਕਿਊਬ। ਸਿੰਸ 3 ਤੇ 7 ਦੇ ਸਾਡੇ ਕੋਲ ਕੰਪਲੀਟ ਟ੍ਰਿਪਲੈਟਸ ਹੈਗੇ ਆ ਐਂਡ ਇਸ ਤੋਂ ਇਲਾਵਾ ਨੋ ਅਦਰ ਨੰਬਰ ਇਜ਼ ਲੈਫਟ, ਕੋਈ ਹੋਰ ਨੰਬਰ ਨਹੀਂ ਬਚਿਆ, ਸੋ ਇਹ ਪਰਫੈਕਟ ਕਿਊਬ ਹੈ। ਇਹਦੇ 9192 ਦੇ ਤੁਸੀਂ ਫੈਕਟਰਸ ਬਣਾਓਗੇ, ਠੀਕ ਹੈ। ਬਾਈ ਚਾਂਸ ਜਿਵੇਂ ਟ੍ਰਿਪਲੈਟਸ ਬਣੇ ਆ ਤੇ ਕੋਈ ਟ੍ਰਿਪਲੈਟ ਨਹੀਂ ਬਣਦਾ, ਕੋਈ ਨੰਬਰ ਬਚ ਜਾਂਦਾ, ਡਬਲੈਟ ਬਣ ਰਿਹਾ ਜਾਂ ਇੱਕੋ ਹੀ ਰਹਿ ਗਿਆ ਨੰਬਰ, ਦੈਨ ਆਪਾਂ ਕੀ ਕਹਿਣਾ, ਸਿੰਸ ਕੰਪਲੀਟ ਟ੍ਰਿਪਲੈਟਸ ਆਰ ਨੋਟ ਫੋਰਮਡ, ਜਿਹੜੇ ਨੰਬਰ ਬਚੇ ਹੋਣਗੇ ਉੱਥੇ ਲਿਖਣਾ ਹੈ। ਹੇਅਰ ਜਿਵੇਂ ਸਪੋਜ਼ ਕਰੋ 2 ਬਚ ਗਿਆ, ਹੇਅਰ 2 ਇਜ਼ ਲੈਫਟ, ਠੀਕ ਹੈ, 2 ਇਜ਼ ਲੈਫਟ, ਸੋ ਉਹ ਜਿਹੜਾ ਨੰਬਰ ਹੋਏਗਾ ਦੈਟ ਇਜ਼ ਨੋਟ ਅ ਪਰਫੈਕਟ ਸਕੇਅਰ, ਆਪਾਂ ਇੱਦਾਂ ਲਿਖ ਦੇਣਾ। ਬਾਈ ਚਾਂਸ ਨਹੀਂ ਹੋਇਆ ਤੇ ਤੁਸੀਂ ਇਹ ਨੰਬਰ ਦਾ ਹੈਗਾ ਹੀ ਤੁਹਾਡੇ ਕੋਲ, ਤੁਸੀਂ ਮੇਰੇ ਤੋਂ ਉੱਥੇ ਪੁੱਛ ਸਕਦੇ ਹੋ, ਠੀਕ ਹੈ। ਸੋ ਆਹ ਹੁੰਦਾ ਵਾ ਪਰਫੈਕਟ ਕਿਊਬ ਫਾਇੰਡ ਆਊਟ ਕਰਨ ਦਾ ਤਰੀਕਾ, ਠੀਕ ਹੈ। ਸੋ ਇਹਨੂੰ ਨੋਟ ਡਾਊਨ ਕਰ ਲਓ। ਨੈਕਸਟ ਜਿਹੜੀ ਐਗਜ਼ਾਮਪਲ ਕਰਦੇ ਹਾਂ ਉਹਦੇ ਵਿੱਚ ਕੀ ਹੈ, ਜਿਵੇਂ ਮੈਂ ਤੁਹਾਨੂੰ ਪਰਫੈਕਟ ਸਕੇਅਰ 'ਚ ਕਰਾਇਆ ਸੀ, ਬਾਈ ਵਟ ਨੰਬਰ ਵੀ ਸ਼ੁੱਡ ਮਲਟੀਪਲਾਈ ਔਰ ਡਿਵਾਈਡ ਅ ਨੰਬਰ ਸੋ ਦੈਟ ਵੀ ਕੈਨ ਗੈਟ ਅ ਪਰਫੈਕਟ ਸਕੁਅਰ, ਇੱਦਾਂ ਕੀਤਾ ਸੀਗਾ। ਇੱਦਾਂ ਹੀ ਪਰਫੈਕਟ ਕਿਊਬ 'ਚ ਵੀ ਹੁੰਦਾ, ਸੇਮ ਹੀ ਹੈ, ਠੀਕ ਹੈ। ਉਹਦੇ ਵਿੱਚ ਆਪਾਂ ਡਬਲੈਟਸ ਕੰਪਲੀਟ ਕਰਦੇ ਹੁੰਦੇ ਸੀ, ਇਹਦੇ 'ਚ ਟ੍ਰਿਪਲੈਟਸ ਕੰਪਲੀਟ ਕਰਿਆ ਕਰਾਂਗੇ, ਕੰਪਲੀਟ ਕਰਨੇ ਆ ਜਾਂ ਫਿਰ ਕਹਿ ਲਓ ਕਿ ਰਿਮੂਵ ਕਰਨੇ ਪੈਂਦੇ ਆ ਅਕੋਰਡਿੰਗ ਟੂ ਦਾ ਕੁਸ਼ਚਨ ਦੈਟ ਇਜ਼ ਗਿਵਨ ਟੂ ਅਸ। ਸੋ ਇਹਨੂੰ ਨੋਟ ਡਾਊਨ ਕਰ ਲਓ, ਵੀ ਵਿਲ ਮੂਵ ਔਨ ਟੂ ਦਾ ਨੈਕਸਟ ਐਗਜ਼ਾਮਪਲ। ਨੈਕਸਟ ਐਗਜ਼ਾਮਪਲ ਜਿਹੜੀ ਐਗਜ਼ਾਮਪਲ 2, ਐਗਜ਼ਾਮਪਲ 2 ਤੇ 3 ਇਕੱਠੀਆਂ ਕਰਾਂਗੇ ਆਪਾਂ। ਮੈਂ ਬੋਲ ਦਿੰਦਾ ਵੈਸੇ ਸਕਰੀਨਸ਼ਾਟ ਸ਼ੇਅਰ ਕੀਤਾ, ਬਟ ਇਹ ਦਾ ਸਮਾਲੈਸਟ ਨੰਬਰ ਦੈਟ ਸ਼ੁੱਡ ਬੀ ਮਲਟੀਪਲਾਈਡ ਟੂ 2160 ਟੂ ਮੇਕ ਇਟ ਅ ਪਰਫੈਕਟ ਸਕੇਅਰ। ਕਹਿੰਦੇ 2160 ਦੇ ਨਾਲ ਆਪਾਂ ਕਿਹੜਾ ਛੋਟੇ ਤੋਂ ਛੋਟਾ ਨੰਬਰ ਮਲਟੀਪਲਾਈ ਕਰੀਏ ਤਾਂ ਕਿ ਇਹ ਪਰਫੈਕਟ ਕਿਊਬ ਬਣ ਜਾਏ। ਸਭ ਤੋਂ ਪਹਿਲਾਂ ਇਹਦੇ ਫੈਕਟਰਸ ਆਪਾਂ ਕੱਢਾਂਗੇ, 2160 ਦੇ ਉਹਦੇ ਜਾਏਗਾ
सॉरी टू से हो नहीं जाएगा, थ्री से। तो ये आ फैक्टर्स बन गए, अब ले लेंगे प्राइम फैक्टर्स ऑफ 2160 आर, तीन है प्राइम फैक्टर्स, आही है। ओके ट्रिपलेट्स बनाने हैं, एक दो, टू एंड फाइव जड़े है ये बच गए, इन्होंने ट्रिपलेट्स नहीं बने। ਆਪਾਂ ਨੇ ਜਦੋਂ ਮਲਟੀਪਲੀਕੇਸ਼ਨ ਵੱਲ ਜਾਣਾ ਹੈ ਤਾਂ ਇਹਨਾਂ ਨੇ ਟ੍ਰਿਪਲੈਟਸ ਨੂੰ ਕੰਪਲੀਟ ਕਰਨਾ ਹੈ। ਸਾਨੂੰ ਕਿਹਾ ਜਾਣਾ ਮਿਨੀਮਮ ਕਿਹੜਾ ਨੰਬਰ ਮਲਟੀਪਲਾਈ ਕਰੀਏ ਇਹਦੇ ਨਾਲ, ਤਾਂ ਇਹਨਾਂ ਨੇ ਟ੍ਰਿਪਲੈਟਸ ਨੂੰ ਕੰਪਲੀਟ ਕਰਨਾ ਹੈ। ਠੀਕ ਹੈ, ਜਿਹੜੇ ਨੰਬਰ ਬਚੇ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਸ 'ਚ ਮਲਟੀਪਲਾਈ ਕਰ ਲਓ, ਜਾਂ ਆਪਸ 'ਚ ਮਲਟੀਪਲਾਈ ਨਾ ਕਰੋ। ਸਿੰਪਲ ਮੈਥਡ ਦੱਸਦਾ ਕਿ ਦੇਖੋ ਇਹ ਇੱਕ ਟੂ ਹੈ, ਜੇ ਦੋ ਟੂਜ ਹੋਰ ਹੁੰਦੇ ਇਹਦੇ ਨਾਲ ਤਾਂ ਟ੍ਰਿਪਲੈਟ ਕੰਪਲੀਟ ਹੋ ਜਾਣਾ ਸੀ। ਇੱਦਾਂ ਹੀ ਇੱਥੇ ਇੱਕ ਫਾਈਵ ਹੈ, ਜੇ ਦੋ ਫਾਈਵ ਹੋਰ ਹੁੰਦੇ ਨਾਲ ਤਾਂ ਇਹਦਾ ਵੀ ਟ੍ਰਿਪਲੈਟ ਕੰਪਲੀਟ ਹੋ ਜਾਣਾ ਸੀ। ਠੀਕ ਹੈ, ਆਪਾਂ ਇੱਥੇ ਹੁਣ ਦੇਖੋ ਇਹਨਾਂ ਨੇ ਕੀਤਾ, ਸਿੰਸ 2 ਐਂਡ 5 ਆਰ ਨਾਟ ਟ੍ਰਿਪਲੈਟਸ, 2 ਐਂਡ 5 ਆਰ ਨਾਟ ਟ੍ਰਿਪਲੈਟਸ, ਇਹ ਟ੍ਰਿਪਲੈਟਸ ਨਹੀਂ ਹੈ, ਹੈ ਨਾ। ਓਕੇ, 2 ਮਸਟ ਬੀ ਮਲਟੀਪਲਾਈਡ ਬਾਏ, 2 ਨੂੰ ਕਾਹਦੇ ਨਾਲ ਮਲਟੀਪਲਾਈ ਕਰੀਏ ਤਾਂ ਕਿ ਟ੍ਰਿਪਲੈਟ ਬਣੇ, 2 ਮਸਟ ਬੀ मल्टीप्लाइड बाय, दो टूज होर चाहिए इन्हें ताकि ट्रिपलेट कंप्लीट हो, एक टू तो है ही है, दो टूज होर चाहिए ने, मतलब कि उन्हों 4 के मल्टीप्लाई करेंगे 2 नूं तो ट्रिपलेट कंप्लीट होएगा। एंड 5 मस्ट बी मल्टीप्लाइड बाय, दो 5 होर चाहिए ने, एक 5 तो है ही है। ਠੀਕ ਹੈ, ਆਲ ਇਨ ਆਲ ਸਾਨੂੰ ਕਿਹੜਾ ਨੰਬਰ ਚਾਹੀਦਾ, ਇਹਨਾਂ ਜੋ ਉਹਨਾਂ ਦੇ ਆਨਸਰ ਆਏ ਨੇ ਇਹਨਾਂ ਨੂੰ ਵਾਪਸ ਮਲਟੀਪਲਾਈ ਕਰਕੇ ਆਪਾਂ ਪਤਾ ਲੱਗੇਗਾ। ਠੀਕ ਹੈ, ਟੂ ਮੇਕ ਦੈਮ ਟ੍ਰਿਪਲੈਟਸ, ਇੱਥੇ ਲਿਖਦੇ ਹਾਂ ਟੂ ਮੇਕ ਦੈਮ ਟ੍ਰਿਪਲੈਟਸ, ਇਹਨਾਂ ਨੂੰ ਟ੍ਰਿਪਲੈਟਸ ਬਣਾਉਣ ਦੇ ਲਈ ਸਾਨੂੰ 2 ਨੂੰ 2 ਟੂਜ਼ ਐਂਡ 5 ਨੂੰ 2 5 ਨਾਲ ਮਲਟੀਪਲਾਈ ਕਰਨਾ ਪਏਗਾ। ਅੱਗੇ ਇਟ ਮੀਨਸ ਦੈਟ we should multiply 2160 with 4 into 25 ਜਿਹੜੇ ਆਦੇ ਆਨਸਰਸ ਆਏ ਨੇ, ਮਤਲਬ ਕਿ 100 ਦੇ ਨਾਲ। ਸੋ ਜੋ ਇਹਨਾਂ ਦੇ ਆਨਸਰਸ ਆਏ ਨੇ 4 ਐਂਡ 25 ਇਹਨਾਂ ਨੂੰ ਵਾਪਸ ਮਲਟੀਪਲਾਈ ਕਰਾਂਗੇ 100। ਠੀਕ ਹੈ, ਇਹਦੇ ਸੋ ਵੀ ਗੈਟ 4 ਇੰਟੂ 25 100, ਦੇਅਰ ਫੋਰ 2160 should be multiplied by 100 to make it a perfect cube. So 2160 nu sanu 100 de naal multiply karna chahida hai taaki perfect cube ban jaye. Theek hai, te dusra part vi apan naal hi karde ha, inu note down karo, dusra part vi ki hai ਐਗਜ਼ਾਮਪਲ 3 ਉਹਦੇ ਵਿੱਚ ਆਪਾਂ ਕੁਸ਼ਚਨ ਥੋੜ੍ਹਾ ਚੇਂਜ ਹੈ ਕਿ ਡਿਵਾਈਡ ਕਰਨਾ, ਮਿਨੀਮਮ ਨੰਬਰ ਲੱਭਣਾ ਕਿ ਕਾਹਦੇ ਨਾਲ ਡਿਵਾਈਡ ਕਰੀਏ ਤਾਂ ਕਿ ਪਰਫੈਕਟ ਕਿਊਬ ਬਣ ਜਾਏ। ਠੀਕ ਹੈ, ਸੋ ਪਹਿਲਾਂ ਇਹਨੂੰ ਨੋਟ ਡਾਊਨ ਕਰ ਲਓ, ਫਿਰ ਆਪਾਂ ਥਰਡ ਐਗਜ਼ਾਮਪਲ ਕਰਦੇ ਹਾਂ। ਸੋ ਐਗਜ਼ਾਮਪਲ 3 ਕੀ ਹੈ, ਬਾਈ ਵਿੱਚ ਸਮਾਲੈਸਟ ਨੰਬਰ ਸ਼ੁੱਡ 1024 ਬੀ ਡਿਵਾਈਡਡ ਟੂ ਮੇਕ ਇਟ ਅ ਪਰਫੈਕਟ ਕਿਊਬ। ਸਾਨੂੰ ਨੰਬਰ ਕੀ ਦਿੱਤਾ ਗਿਆ 1024, ਅਗੇਨ ਜਿਵੇਂ ਇਹ 'ਚ ਬਣਾਏ ਫੈਕਟਰ ਇਹ 'ਚ ਵੀ ਬਣਾਵਾਂਗੇ। ਇਹ ਵਾਲਾ ਨਾ ਮੈਂ ਪੂਰਾ ਇੱਦਾਂ ਵਰਡਿੰਗਸ ਨਹੀਂ ਲਿਖਾਂਗਾ, ਵਰਡਿੰਗ ਮੈਂ ਇੱਥੇ ਲਿਖ ਦਿੱਤੀਆਂ, ਵਰਡਿੰਗ ਤੁਸੀਂ ਅੱਗੇ ਉਸ ਹਿਸਾਬ ਨਾਲ ਨੈਕਸਟ ਪਾਰਟ 'ਚ ਕਰ ਦੇਣੀਆਂ, ਬੜੇ ਚੇਂਜ ਹੋਣਗੀਆਂ। ਠੀਕ ਹੈ, ਹੁਣ ਇਹਦੇ ਵਿੱਚ ਦੇਖੋ 2 'ਤੇ ਕਰਾਂਗੇ ਆਈ ਵਿਲ ਬੀ ਲਿਟਲ ਕੁਇਕ ਕਿਉਂਕਿ ਆਪਾਂ ਬਾਕੀ ਦਾ ਪੋਰਸ਼ਨ ਵੀ ਕਵਰ ਅਪ ਕਰਨਾ ਹੈ। ਠੀਕ, ਆ ਫੈਕਟਰਸ ਬਣ ਗਏ, ਸੋ ਤੁਸੀਂ ਲਿਖੋਗੇ ਪ੍ਰਾਈਮ ਫੈਕਟਰਸ ਆਫ 1024 ਆਰ, ਉਹ ਫੈਕਟਰ ਲਿਖ ਲੈਣੇ ਆ, ਫਿਰ ਆਪਾਂ ਨੇ ਟ੍ਰਿਪਲੈਟਸ ਬਣਾਵਾਂਗੇ, ਆ ਬਣ ਗਿਆ ਟ੍ਰਿਪਲੈਟ।
अभी बन गया, तीन तीन बन गया ना, एक तीसरा, दो तीन ट्रिपलेट्स बन गए, एक सिर्फ एक टू फालतू है। तो आप आगे लाइन के लिखेंगे टू इज नॉट मेकिंग अ ट्रिपलेट, इतने दो सके आर नॉट लिखे, इस लिखेंगे टू इज नॉट मेकिंग अ ट्रिपलेट। ये आप मल्टीप्लाई करना सी करके आप ट्रिपलेट कंप्लीट कर रहे थे, ये आप डिवाइड करने की लड़ है। सो आप कहते हैं टू इज नॉट मेकिंग अ ट्रिपलेट, सो इतने अपना बाकी का पोर्शन कुछ नहीं करने की लड़, जेडे नंबर फालतू ने सीधा सीधा 1024 नूं उहदे नाल डिवाइड कर देना। ओके, सो 1024 शुड बी डिवाइडेड बाय 2 टू मेक इट अ परफेक्ट स्क्वायर। इतने कला 2 है, जेकर सपोज करते हैं एक फैक्टर होर हुंदा साडे कोल नाल 5 हुंदा, इहदा वी ट्रिपलेट नहीं बन रहा, फिर आप लिखना सिंस 2 एंड 5 आर नॉट मेकिंग द ट्रिपलेट्स, देयरफॉर 1024 शुड बी डिवाइडेड बाय कहदे नाल दो नंबर जिहड़े ने दोनों नूं दोनों नाल करना सी 5 2 दा 10, 10 नाल डिवाइड करने की लोड़ पैंदी फिर टू मेक इट अ परफेक्ट स्क्वायर। ठीक है, सो इहदे विच इह चीज़ दा ध्यान रखना है कि जे तो एक नंबर ही है फिर उहदे डिवाइड करना है, जे दो नंबर ने तो पहला उन्होंने आपस मल्टीप्लाई करके जो नंबर बनता उहदे नाल उहनूं डिवाइड करना है। ठीक है, सो ये सीगे दो क्वेश्चन्स, थोड़ी तीन एग्जाम्पल्स हो गई अपन। ठीक है, उस तो बाद आ जाता अपने को प्रॉपर्टीज ऑफ क्यूब्स। यदि प्रॉपर्टीज की नंबर्स हैविंग डिजिट्स 1, 4, 5, 6, 9 और 0 एट वंस प्लेस विल हैव द सेम डिजिट्स एट द वंस प्लेस ऑफ द रिस्पेक्टिव क्यूब। ठीक है, मतलब कि परफेक्ट क्यूब जो तुम लिखोगे 1 तो लेकर 20 तक, तुम नोटिस करोगे 1 का क्यूब 1 है, उधर लास्ट डिजिट भी 1 है। इसी तरह 11 का क्यूब 1331 है, मतलब कि जेदे नंबर के पिछे एंड से 1 डिजिट से 1 है, उधर क्यूब के एंड एंड वाले डिजिट से भी 1 आ रहे हैं। ओके, इदा ही 4, 5, 6, 9 ते 0 इन्हों के सारे इदा ही होंगे, इन्हों के लास्ट डिजिट जो जो होंगे ने इन्हों के क्यूब्स के भी लास्ट डिजिट उही होंगे ने। ओके, एग्जाम्पल के तौर पर देखो जिमें मैं 4 का क्यूब करता उसका 64, यदा लास्ट डिजिट 4 है, यदा भी लास्ट डिजिट 4 है, ये दस रहे हैं कि जो वह नंबर है जिरा क्यूब कर रहे हैं वह लास्ट डिजिट भी उही होंगे। ठीक है, तो ये कोई जस्ट प्रॉपर्टी कोई ज़्यादा खास नहीं है। नंबर हैविंग 3 और एडवांस प्लेस, जिड़े आप 3 का क्यूब करते हैं वह है 27, यदा लास्ट डिजिट 3, यदा लास्ट डिजिट 27 तो 7 का क्यूब करते हैं, जेकर आप लास्ट आंदा क्यूब 343 लास्ट डिजिट 3, मतलब कि जिहड़े नंबर के पिछे 3 होएगा वह लास्ट डिजिट 7 होएगा, तो जिहड़े नंबर के लास्ट डिजिट 7 होएगा वह ऑपोजिट 3, मतलब वाइस वर्सा चलते हैं। 3 वाले का लास्ट डिजिट 7, 3 जो क्यूब करेंगे तो 7 का क्यूब करेंगे तो वह लास्ट डिजिट क्यूब करते 3 आएगा लास्ट डिजिट। ठीक है, एक आ हो गई। उस तो बाद नंबर हैविंग 2 एट वंस प्लेस, मतलब कि जिन्हें सेम ही है तो परफेक्ट स्क्वेयर वाली प्रॉपर्टी है, एंड वाला डिजिट जेकर ईवन नंबर होएगा तो वह क्यूब भी ईवन होएगा, जिदा एंड डिजिट ऑड होएगा वह क्यूब भी ऑड होएगा। तो ये दो प्रॉपर्टी जीडिया ने क्लीयर ने बिल्कुल। टू के रिलेटिड एक है जिसे एंड से 2 होंगे वह लास्ट डिजिट 8 आती होंगी, अपने ऑलरेडी किया जिम्मे 2 का क्यूब 8 होंगे ना, इस करके 12 का भी क्यूब करते हैं 1728 आता है, वह भी देखो लास्ट डिजिट 8 है, चाहे 2 का क्यूब किया लास्ट डिजिट 8 है, 12 का क्यूब किया भी लास्ट डिजिट 8 है, मतलब क्यूब जो मर्जी हो प्रॉपर्टीज नहीं कह सकते, जस्ट एक इन्फॉर्मेशन दे रहे हो। ओके, तो क्यूब ऑफ अ नैगेटिव नंबर इज ऑलसो नैगेटिव, मैं थोड़ा जिम्मे आप स्केयर करते होंगे -7 का तो वह पॉजिटिव क्यों होंगे, क्योंकि -7 × -7 होंगे -7 + 7 = 49, इस करके पॉजिटिव हो जाता जी, मतलब कि स्केयर किसी भी नंबर का। इस तरीके जो आप क्यूब करते हैं नैगेटिव नंबर का तो -7 × -7 × -7 -- हो गया पॉजिटिव, पॉजिटिव नैगेटिव फिर नैगेटिव बन गया, मतलब कि जो भी आंसर आएगा दैट विल बी इन नैगेटिव। 7 × 7 = 49 × 7 = 343, सो नैगेटिव नंबर का क्यूब हमेशा नैगेटिव होएगा। इतों एक जनरल रूल निकलता है किसी भी नंबर की पावर जेकर ईवन नंबर हो 2 तो अलावा 4, 6, 7, 4, 6, 8 पावर होएगी जेकर तो वह आंसर नैगेटिव वाले का हमेशा पॉजिटिव आएगा, बट जेकर कोई नैगेटिव नंबर है वो पावर ऑड है दैन वह आंसर हमेशा नैगेटिव ही आएगा। ये चीज़ आपको सॉल्व करके अलग तो माइनस साइन ये वो करके देखने की लड़ नहीं, ये दिमाग च बिठा लो। एक चीज़ होर कई बच्चे गलती करते हैं -7 का स्केयर, जो तो माइनस साइन ब्रैकेट तो बहर हो माइनस साइन आपने दो बारी नहीं लिखना, स्केयर के माइनस साइन अलग क्या है, सिर्फ 7 दो बारी मल्टीप्लाई हो रहा। ओके, सो इट विल बी -49, इस केस के माइनस साइन जो अंदर नहीं होएगा तो आंसर नैगेटिव ही आएगा स्केयर करने भी, डिपेंड
ਕੀ ਹੁੰਦਾ ਕਿ ਸਾਈਨ ਜੇਕਰ ਉਹਦੇ ਬ੍ਰੈਕਟ ਦੇ ਅੰਦਰ ਹੈ ਤੇ ਉਹ ਪੂਰੀ ਚੀਜ਼ ਦਾ ਸਕੇਅਰ ਹੋ ਰਿਹਾ ਤਾਂ ਉਹਨੇ ਪੋਜ਼ਿਟਿਵ ਆਣਾ ਜੇ ਆਲਰੇਡੀ ਬਾਹਰ ਹੈ ਦੈਨ ਉਹ ਨੈਗੇਟਿਵ ਹੀ ਰਹੇਗਾ ਕਿਉਂਕਿ ਇੱਕ ਵਾਰੀ ਆਣਾ ਹੈ ਮਾਈਨਸ ਸਾਈਨ ਤਾਂ ਸਕੇਅਰ ਤਾਂ ਆਪਾਂ ਇਕੱਲਾ 7 ਦਾ ਕਰ ਰਹੇ ਹਾਂ ਇਸ ਚੀਜ਼ ਦਾ ਧਿਆਨ ਰੱਖਣਾ ਇਹ ਗਲਤੀ ਨਹੀਂ ਕਰਨੀ ਓਕੇ ਸੋ ਇਹ ਚੀਜ਼ਾਂ ਜਿਹੜੀਆਂ ਸੀ ਦੱਸਣੀਆਂ ਜ਼ਰੂਰੀ ਸੀ ਉਸ ਤੋਂ ਬਾਅਦ ਨਾ ਪੈਟਰਨ ਇਨ ਕਿਊਬਸ ਸੋ ਪੈਟਰਨ ਵਗੈਰਾ ਕੋਈ ਜ਼ਿਆਦਾ ਕਰਨ ਦੀ ਲੋੜ ਨਹੀਂ ਸਮ ਆਫ ਕੰਜ਼ੈਕਟਿਵ ਔਡ ਨੰਬਰਸ ਵਗੈਰਾ ਸੋ ਵੀ ਡੋਂਟ ਨੀਡ ਟੂ ਡੂ ਇਟ ਸੋ ਆਪਾਂ ਕਰਦੇ ਹਾਂ ਐਕਸਰਸਾਈਜ਼ 4.1 ਇਹਦੇ ਵੀ ਤੁਹਾਡਾ ਸਕਰੀਨਸ਼ਾਟ ਮੈਂ ਸ਼ੇਅਰ ਕਰ ਦੇਣਾ ਪਹਿਲਾਂ ਸਕਰੀਨਸ਼ਾਟ ਦੇਖ ਲਓ ਹੋਪਫੁਲੀ ਤੁਸੀਂ ਸਕਰੀਨਸ਼ਾਟ ਦੇਖ ਰਹੇ ਹੋਵੋਗੇ ਆਪਾਂ ਹੁਣ ਕੀ ਕਰਨਾ 4.1 ਦੇ ਵਿੱਚ ਫਾਈਂਡ ਦਾ ਕਿਊਬ ਆਫ ਦਾ ਫੋਲੋਇੰਗ ਨੰਬਰਸ ਸਭ ਤੋਂ ਪਹਿਲਾਂ ਤਾਂ ਸਿੰਪਲ ਇਹ ਤੁਸੀਂ ਆਪ ਕਰਨੇ ਆ ਮੈਨੂੰ ਨਹੀਂ ਲੱਗਦਾ ਕੋਈ ਕਰਵਾਉਣ ਦੀ ਲੋੜ ਪੈਣੀ ਚਾਹੀਦੀ ਹੈ ਬਟ ਜੇ ਕੁਛ ਕਿਉਂਕਿ ਇੱਕ ਇੱਕ ਅੱਧਾ ਤਾਂ ਕਰਾਓ ਨਾ ਜੇਕਰ ਤਾਂ ਹੀ ਬੱਚੇ ਫਿਰ ਪੇਜ ਫੜਦੇ ਵੀ ਅਸੀਂ ਕਰਨਾ ਕਿਵੇਂ ਉਸ ਕੁਸ਼ਚਨ ਨੂੰ ਸੋ ਮੈਂ ਜਸਟ ਫੋਰਮੈਲਿਟੀ ਦੇ ਤੌਰ 'ਤੇ ਇੱਕ ਤੁਹਾਨੂੰ ਕਰਵਾ ਦਿੰਦਾ ਵੈਸੇ ਤੁਸੀਂ ਐਗਜ਼ਾਮ ਜਦੋਂ ਮੈਂ ਤੁਹਾਨੂੰ ਸਮਝਾਇਆ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਆਪਾਂ ਕਿਵੇਂ ਕਰਨਾ ਕਿਊਬ ਆਫ ਦਾ ਫੋਲੋਇੰਗ ਨੰਬਰਸ ਜਿਹੜੇ ਸਾਨੂੰ ਦਿੱਤੇ ਗਏ ਨੇ ਪੁਆਇੰਟ ਵਾਲਾ ਕਰਾਉਣਾ ਵਾ ਕਿਉਂਕਿ ਪੁਆਇੰਟ ਵਾਲੇ 'ਚ ਹਮੇਸ਼ਾ ਦਿੱਕਤ ਆਉਂਦੀ ਹੈ ਜਿਵੇਂ ਕਿ ਇਹਦੇ 'ਚ ਦਿੱਤਾ ਹੈ 4.5 ਇਹਦਾ ਕਿਊਬ ਕਰਨਾ 4.5 ਦਾ ਕਿਊਬ ਮਤਲਬ ਕਿ 4.5 ਮਲਟੀਪਲਾਈਡ ਬਾਏ 4.5 ਮਲਟੀਪਲਾਈਡ ਬਾਏ 4.5 ਤੁਸੀਂ ਪੁਆਇੰਟਸ ਨੂੰ ਹਾਲੇ ਇਗਨੋਰ ਕਰਦੇ ਹੋਏ 45 × 45 × 45 ਕਰਨਾ ਸੋ ਸਾਨੂੰ 45 ਦਾ ਸਕੇਅਰ ਮਤਲਬ ਕਿ ਇਹਦੇ ਕੋਲ ਸਕੇਅਰ ਤਾਂ ਹੋ ਹੀ ਜਾਣਾ ਪਹਿਲਾਂ ਇਹਦਾ ਆਲਰੇਡੀ ਪਤਾ ਹੋਣਾ ਚਾਹੀਦਾ ਕਿਉਂਕਿ ਤੁਸੀਂ ਕੀਤੇ ਹੋਏ ਨੇ ਕਿੱਦਾਂ ਕਰੀ ਦਾ ਸਕੇਅਰ ਆਪਾਂ ਠੀਕ ਹੈ ਉਹ ਹੁੰਦਾ 20 × 25 ਸੋ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਸਿੱਧਾ ਇਹਦਾ ਸਕੇਅਰ ਤਾਂ ਕਰ ਹੀ ਲਿਆ ਅੱਗੇ ਫਿਰ 45 ਨਾਲ ਮਲਟੀਪਲਾਈ ਕਰਨਾ ਉਹ ਕਰ ਲਓ ਆਪ ਵੀ ਚੈੱਕ ਕਰਿਓ ਇਹ ਨਹੀਂ ਕਿ ਜੋ ਮੈਂ ਲਿਖ ਦਿੱਤਾ ਸਹੀ ਹੋਏਗਾ ਠੀਕ ਹੈ ਮਲਟੀਪਲਾਈ ਕਰਨ ਤੋਂ ਬਾਅਦ ਪਹਿਲਾਂ ਤੁਸੀਂ ਇਕੱਲਾ 45 × 45 × 45 ਕਰ ਲਿਆ ਫਿਰ ਦੇਖੋ ਪੁਆਇੰਟ ਤੋਂ ਬਾਅਦ ਕਿੰਨੇ ਨੰਬਰ ਨੇ 1, 2, 3 ਪੁਆਇੰਟ ਨੰਬਰ ਛੱਡ ਕੇ ਇੱਥੇ ਪੁਆਇੰਟ ਲਾ ਦੇਣਾ ਆਂਸਰ ਵਿਲ ਵੀ 91.125 ਠੀਕ ਹੈ ਇਸ ਤੋਂ ਇਲਾਵਾ ਇੱਕ ਤੁਹਾਨੂੰ ਆਹ ਦਿੱਤਾ ਗਿਆ 4:2/3 ਨੰਬਰ ਦਿੱਤਾ ਗਿਆ ਪਹਿਲਾਂ ਨੂੰ ਮਿਕਸਡ ਫਰੈਕਸ਼ਨ ਨੂੰ ਸਿੰਪਲ ਫਰੈਕਸ਼ਨ ਚ ਹੋਏਗਾ 4 × 3 = 12 + 2 14/3 ਹੋ ਜਾਏਗਾ ਜਦੋਂ ਇਹਦਾ ਕਿਊਬ ਕਰਨ ਨੂੰ ਕਹਿੰਦੇ ਨੇ ਤਾਂ ਦੈਟ ਮੀਨਸ 14 ਦਾ ਕਿਊਬ ਅਲੱਗ ਅਤੇ 3 ਦਾ ਕਿਊਬ ਅਲੱਗ ਕਰ ਦੇਣਾ ਜੋ ਵੀ ਆਏਗਾ 14 ਦਾ ਕਿਊਬ ਉੱਪਰ ਅਤੇ ਡਿਵਾਈਡ ਬਾਏ 3 ਦਾ ਕਿਊਬ ਨੀਚੇ ਉੱਪਰ 14 ਦਾ ਕਿਊਬ ਨੀਚੇ 3 ਦਾ ਕਿਊਬ ਅਲੱਗ ਅਲੱਗ ਕਰਕੇ ਆਂਸਰਸ ਲਿਖ ਦੇਣੇ ਬਸ ਠੀਕ ਹੈ ਅਤੇ ਨੈਗੇਟਿਵ ਵਾਲਾ ਮੈਂ ਤੁਹਾਨੂੰ ਆਲਰੇਡੀ ਦੱਸਿਆ ਮਾਈਨਸ ਜਿਵੇਂ 9 ਦਿੱਤਾ ਵਾ ਇਹਦਾ ਕਿਊਬ ਕਰਨ ਨੂੰ ਕਿਹਾ ਤਾਂ -9 ਮਲਟੀਪਲਾਈ ਮੈਂ -9 ਮਲਟੀਪਲਾਈ -9 ਇਹ ਸ਼ੋਅ ਕਰਨਾ ਤਾਂ 9 ਦਾ ਬਣ ਗਿਆ 81 ਇਹ ਪੋਜ਼ਿਟਿਵ ਬਣੇਗਾ ਇੰਟੂ -9 ਨਾਓ ਪੋਜ਼ਿਟਿਵ ਨੈਗੇਟਿਵ ਨੈਗੇਟਿਵ 81 ਇੰਟੂ 9 ਕਿੰਨਾ ਬਣੇਗਾ 729 ਤੁਸੀਂ ਜਿਹੜਾ ਆ ਠੀਕ ਆ ਓਕੇ ਸੋ ਇਸ ਤਰ੍ਹਾਂ ਫਸਟ ਪਾਰਟ ਹੋ ਗਿਆ ਵਿਚ ਆਫ ਦਾ ਫੋਲੋਇੰਗ ਨੰਬਰਸ ਆਰ ਪਰਫੈਕਟ ਕਿਊਬਸ ਇਦਾਂ ਹੀ ਜਿਵੇਂ ਆਪਾਂ ਐਗਜ਼ਾਮਪਲ ਕੀਤੀ ਸੀ ਪਰਫੈਕਟ ਕਿਊਬ ਚੈੱਕ ਕਰਨ ਵਾਲੀ ਐਗਜ਼ਾਮਪਲ 1 ਉਸੇ ਤਰੀਕੇ ਨਾਲ ਪ੍ਰਾਈਮ ਫੈਕਟਰਾਈਜੇਸ਼ਨ ਸੇਮ ਵਰਡਿੰਗ ਜਿਹ 'ਚ ਆਉਂਦਾ ਹੈ ਪਰਫੈਕਟ ਕਿਊਬ ਦੈਟ ਇਜ਼ ਅ ਪਰਫੈਕਟ ਕਿਊਬ ਜਿਹ 'ਚ ਨਹੀਂ ਆਉਂਦਾ ਟ੍ਰਿਪਲੈਟਸ ਨਹੀਂ ਬਣ ਰਹੇ ਦੈਟ ਇਜ਼ ਨਾਟ ਅ ਪਰਫੈਕਟ ਕਿਊਬ ਉਦਾਂ ਕਰਨਾ ਨੈਕਸਟ ਆਇਆ ਆਈਡੈਂਟੀਫਾਈ ਦਾ ਕਿਊਬਸ ਆਫ ਦਾ ਫੋਲੋਇੰਗ ਐਜ਼ ਦਾ ਕਿਊਬਸ ਆਫ ਔਡ ਔਰ ਈਵਨ ਨੰਬਰ ਆਪਾਂ ਇਹ ਚੈੱਕ ਕਰਕੇ ਦੱਸਣਾ ਹੈ ਕਿ ਇਹ ਜਿਹੜੇ ਦਿੱਤੇ ਗਏ ਨੇ ਸਾਨੂੰ ਕਿਊਬਸ ਜਿਹੜੇ ਇਸ ਥਰਡ ਕੁਐਸਚਨ 'ਚ ਇਹ ਕਿਸੇ ਔਡ ਨੰਬਰ ਦੇ ਕਿਊਬਸ ਨੇ ਕਿ ਈਵਨ ਨੰਬਰ ਦੇ ਨੇ ਮੈਂ ਤੁਹਾਨੂੰ ਦੱਸਿਆ ਸੀ ਔਡ ਨੰਬਰ ਦਾ ਕਿਊਬ ਵੀ ਔਡ ਹੋਏਗਾ ਈਵਨ ਨੰਬਰ ਦਾ ਕਿਊਬ ਵੀ ਈਵਨ ਹੋਏਗਾ ਸੋ ਪਹਿਲਾ ਨੰਬਰ ਹੈ ਜਿਵੇਂ 512 ਓਬਵੀਅਸਲੀ ਇਹ ਇੱਕ ਈਵਨ ਨੰਬਰ ਹੈ ਓਬਵੀਅਸਲੀ ਇਹ ਇੱਕ ਈਵਨ ਨੰਬਰ ਦਾ ਕਿਊਬ ਹੋਏਗਾ ਠੀਕ ਹੈ ਸੋ ਆਪਾਂ ਇਹਦੇ ਲਿਖਾਂਗੇ 512 ਕੈਨ ਬੀ ਅ ਕਿਊਬ ਆਫ ਐਨ ਈਵਨ ਨੰਬਰ ਠੀਕ ਹੈ ਤੇ ਜਿੱਥੇ ਔਡ ਆਏਗਾ ਉੱਥੇ ਲਿਖਣਾ ਜਿਵੇਂ ਨੈਕਸਟ ਹੈ 9261 9261 ਕੁਡ ਬੀ ਅ ਕਿਊਬ ਆਫ ਐਨ ਔਡ ਨੰਬਰ ਠੀਕ ਹੈ ਸੋ ਜਿੱਥੇ ਔਡ ਹੈ ਉੱਥੇ ਔਡ ਨੰਬਰ ਦਾ ਕਿਊਬ ਲਿਖਣਾ ਜਿੱਥੇ ਈਵਨ ਹੈ ਤੇ ਈਵਨ ਦਾ ਠੀਕ ਹੈ ਨੈਕਸਟ ਰਾਈਟ ਦਾ ਵਨਸ ਡਿਜਿਟ ਆਫ ਦਾ ਕਿਊਬਸ ਆਫ ਦਾ ਫੋਲੋਇੰਗ ਨੰਬਰ ਸਾਨੂੰ ਜਿਹੜੇ ਨੰਬਰ ਦਿੱਤੇ ਗਏ ਨੇ ਉਹਨਾਂ ਦੇ ਵਨਸ ਡਿਜਿਟ ਕੀ ਹੋਏਗੀ ਮੈਂ ਤੁਹਾਨੂੰ ਰੂਲਸ ਦੱਸੇ ਹੋਣੇ ਠੀਕ ਹੈ ਜਿਵੇਂ ਇੱਥੇ ਸਾਨੂੰ ਦਿੱਤਾ 55 ਦਾ ਕਿਊਬ ਅਤੇ ਉਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਕਿਹੜੇ ਕਿਹੜੇ ਨੰਬਰਸ ਜਿਹੜੇ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਠੀਕ ਹੈ ਮੈਂ ਦੱਸਿਆ ਸੀ 1, 4, 5, 6, 9 and 0 ਜਦੋਂ ਕਿਸੇ ਵੀ ਨੰਬਰ ਦਾ ਐਂਡ ਡਿਜਿਟ ਇਹਨਾਂ 'ਚੋਂ ਕੋਈ ਹੋਏਗਾ ਤਾਂ ਉਹਦੇ ਕਿਊਬ ਦਾ ਵੀ ਐਂਡ ਡਿਜਿਟ ਸੇਮ ਹੀ ਹੋਏਗਾ ਜਿਵੇਂ ਇਹਦੇ ਵਿੱਚ ਦੇਖੋ 5 ਹੈ ਠੀਕ ਹੈ ਇਹਦੇ ਹੈ ਸੈਂਸ
इट्स वन प्लेस डिजिट इज फाइव सो वन प्लेस डिजिट ऑफ इट्स क्यूब विल ऑल्सो बी फाइव इदा लिख देना तुम तो इस तो बाद जिमें 864 फोर वाले का दस आएगा जो फोर एंड से तो वो क्यूब के भी एंड से फोर ही आएगा ठीक है जो तो सैवन वाले की गल करते हैं जो 187 एंड डिजिट की है सैवन सिंस वंस प्लेस डिजिट इज सैवन सो वंस प्लेस डिजिट ऑफ इट्स क्यूब विल बी थ्री ऑल्सो भी नहीं लाना विल बी थ्री क्योंकि जिदी एंड डिजिट सैवन होंगी है वो क्यूब की एंड डिजिट एंड एंड वाली डिजिट की होंगी है थ्री होंगी है मैं तुम्हें प्रॉपर्टी से दसिया बस लाइन लेके तो डिजिट देख देनी कि होगी बाई चांस जो भूल भी चाहते हो सैवन का क्यूब याद है वो थ्री फोर थ्री वो एंड वाली डिजिट की होंगी है थ्री तो तुम उतो सीधा लिख सकते ओके इदा ही बाकी करने फाइंड द क्यूब ऑफ 13 बाय एडिशन ऑफ कंसेक्यूटिव ऑड नंबर्स ओके सो ये जो टॉपिक मैं तुम्हें छड़िया आप करते हैं कितना करना फर्स्ट ऑफ ऑल इन डाउन कर लो जिम्मे कि मैं कहेगा आप नैक्सट क्वेश्चन है वो रिलेटेड मैं तुम कंसैप्ट कराऊंगा तुम्हें क्वेश्चन अपने आप फिर कर लेना तो सम ऑफ कंसेक्यूटिव ऑड नंबर्स वाला कंसैप्ट है जिम्मे आप स्क्वेयर च कर रहे थे इस थोड़ा डिफरेंट है करना नहीं बट थोड़ा डिफरेंट है आप की करना है ट्रायंगुलर शेप्ड आप ब्लॉक्स एक ब्लॉक्स रख रहे हैं लाइक दिस देखो पहला ब्लॉक आ गया ये नीचे दो ब्लॉक्स ठीक है ये नीचे एक दो तीन ब्लॉक्स हो जाएंगे ये नीचे इदा इन्होंने सेंटर्स में नीचे खिंच लेना तो थोड़ा अगे मतलब पहला एक ब्लॉक फिर दो फिर तीन फिर चार ब्लॉक्स इदा ही अगे अगे ब्लॉक्स बधाई जाने ठीक है ना पर ये नंबर के देखने ऑड नंबर वन थ्री फाइव सैवन नाइन इलेवन उस तो बाद 13, 15, 17, 19 अगे आप ब्लॉक्स बढ़ाने जो कर ठीक है इतना आएगा 21, 23, 25, 27, 29 एंड सो ऑन देखो इन्होंने ऐड करके लिखी चलो कला इतने वन है तो इतने वन आ गया इन्होंने ऐड किया एट बन गया इन्हों ऐड किया इन्हों ऐड करा जेकर 27 बन जाएगा इन्हों सारे ऐड करा तो 64 बनेगा इन्हों सब ऐड करा अपना बनेगा 125 नोटिस करोगे वन की है इट इज वन क्यूब एट की है इट इज टू क्यूब इट इज थ्री क्यूब इट इज फोर क्यूब इट इज फाइव क्यूब है ना तो दैट मीनस जिम्मे जिम्मे आप जी जी रोज थले जाई जाने तो नंबर जो आप ऑड नंबर उन्होंने लिख रहे हैं तो उन्होंने ऐड करने जो आंसर आता उस रो के आप फिफ्थ रो चाहें आ फर्स्ट रो होगी ठीक है दिस इज सैकेंड रो ठीक है दिस इज थर्ड रो फोर्थ रो फिफ्थ रो जी रो है वह उस नंबर का क्यूब दस रही है वो जो लिखे हुए नंबर ने उन्होंने ऐड कर दी उस रो का क्यूब आ रहा है हम सू उस क्वेश्चन की पूछा गया 13 का क्यूब फाइंड आउट कर ली बाय दिस मैथड तो सूँ की है अगे जी अगे जी अगे जी अगे
जब तक अपने को 13th रो नहीं आ जाती उस तक आप अगे देखकर नंबर लिखी जाने हैं। बॉक्सिस जोड़े आ जे तुम नहीं बनाना चाहते तो थोड़ी चॉइस है, तुम विदाउट बॉक्सिस लिख सकते हो। तुम जेकर ईजी ईजी लगता है कि पहले आप एक नंबर लिखने ने फिर दो लिखने ने इन्होंने थले फिर आप तीन लिखने ने, ठीक है, इफ यू कैन डू इट ओके। फिर आप अगले चार नंबर लिखने नीचे याद करना तरीका देखो, वन है उस तो बाद थ्री ते फाइव देखो इन्हों दोनों सेंटर से एक नंबर एक इधर एक पर एक साइड से एक इधर साइड पर, ठीक है, अगे इन्हों दोनों सेंटर से एक नंबर इन्हों दोनों सेंटर से एक नंबर एक इस तो उधरले पास एक इधरले पास। अगे याद रखो पहले से दो एक नंबर लिखने दूजे दो तीजे तीन चार पाँच छे सत्त अठ नौ दस ग्यारह बारह तेरह जब तक थर्टीनथ नंबर तक नहीं पहुँचे इदी तुम अगे देखे बना लेना ये इन्हें बाकियों ऐड करने की लड़ नहीं जस्ट थर्टीनथ रो वाले जो सारे नंबर से उन्होंने ऐड करके जो भी आंसर आता शो कर दो कि वह थर्टीन का क्यूब है। बस तो वाला क्वेश्चन जो मैं दसिया इस मैथड के नाम करना है, दैट इज योर क्वेश्चन नंबर फाइव ओके। नैक्सट आ जाता है वट इज़ द समोलैसट नंबर दैट मस्ट बी मल्टीप्लाई टू मेक 576 परफेक्ट स्क्वेयर दैट यू ऑलरेडी नो, इधर रिलेटेड एग्जाम्पल की आप उतो देख के करना है। वट इज समोलैसट नंबर दैट शुड बी मल्टीप्लाइड विद टू मेक इट अ परफेक्ट क्यूब, अगेन उ एग्जाम्पल ये वाले क्वेश्चन तुम्हें आप करने दिस इज फॉर योर प्रैक्टिस ओके। एट क्वेश्चन फाइंड द समोलैसट नंबर बाय विच माइनस 250 शुड बी डिवाइडेड टू मेक इट अ परफेक्ट क्यूब, कह रहे हैं कि 250 नूं आपां डिवाइड कितना करिए पर नैगेटिव वाला है, नैगेटिव वाले दे विच पता की करना होंगे तुम्हें नैगेटिव साइन अलग लिख लो क्योंकि आप जो भी परफेक्ट क्यूब जो नैगेटिव है तो ओबियसली नैगेटिव नंबर का क्यूब ही होएगा ओके। बट आपने मल्टीप्लाई कि एक पॉजिटिव नंबर के ना करना है ताकि नैगेटिव की जी उ रहे बरकरार, सो नैगेटिव साइन इग्नोर करते हुए तुम इन कहते 250 के फैक्टर्स बनाने हैं एंड करने का तरीका उ जोड़ा आप एग्जाम्पल डिवाइड वाली किया डिवाइड वाला है ना, तो जो नंबर बचेगा विद नैगेटिव साइन उन्होंने लिख देना। फाइंड द स्मॉलेस्ट नंबर बाय विच 1029 शुड बी डिवाइडेड टू मेक इट अ परफेक्ट क्यूब, अगेन उ सेम डिवाइड वाला एग्जाम्पल जी आप की दैट इज द फोर्थ एग्जाम्पल आई थिंक इट इज़ द थर्ड वन 1024 सी ऐसे 1029। लास्ट क्वेश्चन मैं जस्ट दस देना वैसा सिंपल है, सानू एक क्यूब क्यूब की होंगे जिमें एक बॉक्स होंगे अपने को इदा वैसे क्यूब कहते उन्होंने जिंदिया सारिया साइड सेम होंगे कि असल उन्होंने डायमेंशन दिते जोड़े वो क्यूबॉइड ने इदा ना एक बॉक्स होंगे साइड व्यू ले रहे हैं बॉक्स दिन तीन डायमेंशन होंगे ने मेरे लगे 8, 7, 11 मतलब 8 meter लेंथ 7 meter विड्थ एंड 11 meter हाइट। तो जैसे का वॉल्यूम पूछ रहे वॉल्यूम सिंपल होंगे इन्होंने इन्होंने मल्टीप्लाई करना होंगे तो जिदा उन्होंने लिखा ना 8 × 7 × 11 तुम जस्ट उन्होंने मल्टीप्लाई करना है तुम इदा लिखना पर उन्होंने क्यूब लिखा हुआ तुम्हारे वास्ते लिखना वॉल्यूम ऑफ क्यूब इज इक्वल टू 8 × 7 × 11 तो तिना मल्टीप्लाई करना है 7 × 56 × 11 सेंटीमीटर दे दिता कि मीटर मीटर इट विल बी मीटर क्यूब वॉल्यूम हमेशा मीटर क्यूब होंगे या जो सेंटीमीटर का सेंटीमीटर क्यूब ठीक है। सो ये मतलब जैसे कि तुम नोट कर लेना वैसे तो आता होंगे ज्यादातर इदा का कंसैप्ट इदा का क्वेश्चन आता होंगे सर्फिस एरिया एंड वॉल्यूम चैप्टर के जिद आप अलग अलग फिगर्स पढ़ते हैं उन्होंने वॉल्यूम सर्फिस एरिया किमें फाइंड करिए उस होंगे ज्यादा बट इतने जैसे सिंपल तीनों डिमेंशन दिते हुए हैं तो वॉल्यूम ही फाइंड आउट करने गया तो एडमिट मल्टीप्लाई ही करना ठीक है। तो अज की अपनी जी इंट्रोडक्शन एंड योर एग्जाम्पल्स एंड योर एक्सरसाइज 4.1 जी है इस वीडियो आप कंप्लीट कर ली है तो मैं देख रहा कि ज़्यादा इन बताते हुए अपन इतने खत्म करते हैं ठीक है, ज़्यादा बताने की जरूरत नहीं एक होर वीडियो बना लेंगे और अपनी दूजी एक्सरसाइज एंड दूजा कंसैप्ट भी हो जाएगा। सो लैट्स मीट अप इन द नैक्सट वीडियो, होप टू सी यू ऑल इन द नैक्सट वीडियो। मेरे चैनल जिन्ना शेयर करो ताकि मैक्सिमम सबसक्राइबर मेरे न जुड़ सकन जिन्होंने 8th क्लास में जिन्होंने मैथ्स ईजी नहीं लगता डिफिकल्ट लगता उन्होंने वास्ते ईजी बन सके 9th 10th वीडियोज भी मैं बनाना बनिया भी हुई ने NCERT मैं सॉल्व की हुई है पूरी किसी भी स्टूडेंट जेकर किसी भी चैप्टर कोई भी वीडियो चाहिए है दैन यू कैन ईजली आस्क मी ऑन माई नंबर आई विल सेंड यू द लिंक फॉर दैट वीडियो। सो होप टू सी यू ऑल इन द नैक्सट वीडियो अगेन एजे सपोर्ट करते रहो मैं तो सपोर्ट की बहुत लड़ है। लैट्स मीट अप इन द नैक्सट वीडियो। वाहेगुरू जी का खालसा वाहेगुरू जी की फतेह।